ਜ਼ਿਲ੍ਹੇ ਵਿੱਚ 30 ਜੂਨ ਨੂੰ ਹੋਈ ਮੂਸਲਾਧਾਰ ਬਾਰਿਸ਼ ਦੇ ਚੱਲਦੇ 86,000 ਏਕੜ ਰਕਬਾ ਵਿੱਚ ਬੀਜੀ ਗਈ ਨਰਮੇ ਦੀ ਫਸਲ ਵਿੱਚੋਂ ਕਰੀਬ 7,000 ਏਕੜ ਫਸਲ ਖਰਾਬ ਹੋ ਚੁੱਕੀ ਹੈ, ਜਿਸ ਦਾ ਨਿਰੀਖਣ ਕਰਨ ਖੇਤੀਬਾੜੀ ਵਿਭਾਗ ਦੀ ਇੱਕ ਟੀਮ ਨੇ ਜੁਆਇੰਟ ਡਾਇਰੈਕਟਰ ਸੁਖਦੇਵ ਸਿੰਘ ਦੀ ਨਿਗਰਾਨੀ ਵਿੱਚ ਕ੍ਰਿਸ਼ੀ ਵਿਕਾਸ ਕੇਂਦਰ ਬਠਿੰਡਾ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਸਹਿਤ ਜ਼ਿਲ੍ਹੇ ਦੇ ਪਿੰਡ ਵਿੱਚ ਬਾਰਿਸ਼ ਦੇ ਖਰਾਬ ਹੋ ਚੁੱਕੀ ਫਸਲ ਦਾ ਜਾਇਜ਼ਾ ਲਿੱਤਾ। ਵੀ ਚਿੱਟੀ ਮੱਖੀ ਹੈ, ਵੈਸੇ ਦੇਖੋ ਦੇਖ ਸਾਡੇ ਕਿਸਾਨ ਲੋਕ ਚਿੱਟੀ ਮੱਖੀ ਦੇਖ ਅਖਬਾਰਾਂ ਦੇ ਵਿੱਚ ਅਫਵਾਹ ਉਡਾ ਦਿੰਦੇ ਆ, ਪਰ ਉਹਨੇ ਸਮਾਰ ਕੇ ਵੇਖਿਆ ਚਿੱਟੀ ਮੱਖੀ ਦਾ ਹਜੇ ਤੱਕ ਕੋਈ ਹਮਲਾ ਨਹੀਂ ਹੈਗਾ, ਕੁਛ 1-2% ਆ, ਉਹਦੀ ਕੋਈ ਖਾਸ ਗੱਲ ਨਹੀਂ, ਤੇਲਾ ਜ਼ਰੂਰ ਹੈ। ਅਤੇ ਦੂਜੀ ਗੱਲ ਹੈ, ਸਾਡੇ ਨਰਮੇ ਦੀ ਮਾਰ ਬਹੁਤ ਜ਼ਿਆਦਾ ਹੋ ਗਈ ਅਤੇ ਝੋਨੇ ਦੀ ਬਹੁਤ ਜ਼ਿਆਦਾ ਹੋਈ ਹੈ, ਇਹਨਾਂ ਦਾ ਕੋਈ ਹੱਲ ਨਿਕਲਣਾ ਚਾਹੀਦਾ। ਹੱਲ ਇਹ ਹੈ, ਸੁਣ ਸੁਝਾਅ ਦਿੰਦਾ ਵੀ ਵੈਸੇ ਜੇ ਕੈਪਟੀਆਂ ਲੱਗ ਜਾਣ ਸਾਡੇ ਇੱਥੇ, ਕੈਪਟੀਆਂ ਨਾਲ ਬਿਲਕੁਲ ਇਹ ਜਿਹੜਾ ਪਾਣੀ ਹੈ ਇੰਨਾ ਇਕੱਠਾ ਹੁੰਦਾ ਕੈਪਟੀਆਂ 'ਚ ਵਗ ਜੇ, ਲੜੇ ਤਾਂ ਪਾਣੀ ਦੀ ਸਤਹਿ ਤਾਂ ਆ ਸਕਦੀ ਹੈ, ਲੜੇ ਜ਼ਿਮੀਦਾਰ ਦਾ ਝੋਨਾ ਅਤੇ ਨਰਮਾ ਹੀ ਵੱਸ ਸਕਦਾ। ਨਰਮੇ ਇਹਦੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਖਰਾਬ ਹੋਇਆ ਸੀ, ਇਸ ਨੂੰ ਵੇਖਣ ਲਈ ਤਾਂ ਕਿ ਕਿੰਨਾ ਕੁ ਨੁਕਸਾਨ ਹੈ, ਅੱਗੇ ਇਹਦੇ ਕੀ ਉਪਾਅ ਕਰਾਂਗੇ, ਕਿਉਂਕਿ ਇਹ ਨਰਮੇ ਵਾਲਾ ਏਰੀਆ, ਹੋਰ ਇੱਥੇ ਕੋਈ ਅਲਟਰਨੇਟਿਵ ਫਸਲ ਹੋਣ ਦਾ ਬਹੁਤ ਘੱਟ ਚਾਂਸ ਹੈ। ਸੋ ਇਸ ਏਰੀਏ ਨੂੰ ਵੇਖਣ ਲਈ ਅੱਜ ਮੈਂ 5-6 ਪਿੰਡਾਂ ਦਾ ਦੌਰਾ ਕੀਤਾ ਅਤੇ ਮੈਨੂੰ ਵੇਖਣ ਲੱਗਿਆ ਬਹੁਤ ਜ਼ਿਆਦਾ ਨੁਕਸਾਨ ਹੈ ਏਰੀਏ ਦਾ। ਇਸ ਦੇ ਵਿੱਚ ਖਾਸ ਤੌਰ 'ਤੇ ਪਾਸੇ ਤੋਂ ਪਿੰਡਾਂ ਦਾ ਪਾਣੀ ਆ ਕੇ ਕੁਝ ਪਿੰਡਾਂ ਦੇ ਵਿੱਚ ਖੜ੍ਹ ਜਾਂਦਾ, ਜਿਹਦੇ ਨਾਲ ਉਹ ਫਸਲ ਕਿਹੜੀ ਹੈ ਸਾਰੀ ਮਰ ਜਾਂਦੀ ਹੈ। ਸੋ ਚਿੱਟੀ ਮੱਖੀ ਦਾ ਵੀ ਹਮਲੇ ਸੰਬੰਧੀ ਅਸੀਂ ਕੁਝ ਖੇਤਾਂ ਦਾ ਦੌਰਾ ਕੀਤਾ ਹੈ, ਅਜੇ ਤੱਕ ਕੋਈ ਵੀ ਚਿੱਟੀ ਮੱਖੀ ਵੇਖਣ ਨੂੰ ਜ਼ਰੂਰ ਮਿਲਦੀ ਹੈ, ਪਰੰਤੂ ਸਾਡੇ ਆਰਥਿਕ ਗਾਰ 6 ਹੁੰਦਾ ਪ੍ਰਤੀ ਪਤੰਗਾ, ਜਦੋਂ ਕਿ 1-2 ਹੀ ਸਾਡੇ ਕੋਈ ਦਿਸਣ ਨੂੰ ਮਿਲੀ ਹੈ। ਹਜੇ ਤੱਕ ਕੋਈ ਘਬਰਾਉਣ ਦੀ ਲੋੜ ਨਹੀਂ, ਕਿਸਾਨਾਂ ਨੂੰ ਕੋਈ ਸਪਰੇਅ ਦੀ ਲੋੜ ਨਹੀਂ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।